बठिंडा पुलिस CIA स्टाफ 2 को मिली बड़ी सफलता। चोरी और लूट की वारदातें करने वाले गिरोह के 8 सदस्यों को गिरफ्तार किया, जिनसे 3 पिस्टल, 1 तलवार और 1,37,000 रुपए नकद बरामद किया और एक फरार। बड़ा शलाघाजोग काम किया, उन्होंने एक लुट्टा खोहा करने वाले गैंग नु काबू किया, जिहड़े इहदे विच 9 व्यक्ति इह लुट खोह करन दी योजना बना रहे सी, 8 व्यक्तियों नु काबू कर लिया, एक आदमी अजे फरार आ। ਇਹਨਾਂ ਪਾਸੋਂ ਲੁੱਟ ਦਾ ਠੇਕਿਆਂ ਤੋਂ ਵੱਖ ਵੱਖ ਲੁੱਟਾਂ ਕੀਤੀਆਂ, ਗੈਸ ਏਜੰਸੀ ਤੋਂ ਲੁੱਟ ਕੀਤੀ ਸੀ, ਉਹਨਾਂ ਵਿੱਚੋਂ 1,37,000 ਰੁਪਏ ਨਕਦ, 1 ਟੈਬ, 3 ਪਿਸਟਲ ਅਤੇ ਕਿਰਪਾਨ, ਡਾਂਗ ਅਤੇ 1 ਏਅਰ ਗਨ ਵੀ ਬਰਾਮਦ ਕੀਤੀ ਹੈਗੀ। ਇਹ ਵਿਅਕਤੀ ਇਹਨਾਂ ਵਿੱਚੋਂ 3 ਵਿਅਕਤੀਆਂ 'ਤੇ ਵੱਖ ਵੱਖ ਥਾਣਿਆਂ 'ਚ ਪਹਿਲਾਂ ਵੀ ਕੇਸ ਦਰਜ ਨੇ। ਜਿਹੜਾ ਗੈਂਗ ਦਾ ਸਰਗਨਾ ਰੋਸ਼ਨ ਉਹ ਅਜੇ ਫਰਾਰ ਆ, ਅਤੇ ਜਿਹੜਾ ਲਖਵੰਤ ਭੁੰਡੀ ਆ ਉਹਨੂੰ ਅਸੀਂ ਅਰੈਸਟ ਕਰ ਲਿਆ, ਜਿਹਦੇ 'ਤੇ ਪਹਿਲਾਂ ਵੀ 15 ਮੁਕੱਦਮੇ ਦਰਜ ਨੇ ਚੋਰੀ ਦੇ ਵੱਖ ਵੱਖ ਕੇਸਾਂ ਵਿੱਚ। ਕਿਹੜੀ ਉਮਰ ਹੈ ਜੀ ਇਹਨਾਂ ਦੀ? ਇਹ ਸਾਰੇ 19 ਤੋਂ ਲੈ ਕੇ 24-25 ਤੱਕ ਨੇ। ਇੱਕ ਜਿਹੜੀ ਔਰਤ ਆ ਉਹ ਰੋਸ਼ਨ ਦੀ ਮਦਰ ਆ, ਜਿਹੜੀ ਚੋਰੀ ਦਾ ਮਾਲ ਅਤੇ ਇਹਨਾਂ ਨੂੰ ਸਾਂਭਦੀ ਸੀ ਅਤੇ ਚੋਰੀ ਦਾ ਮਾਲ ਵੀ ਦੇਖ ਰੇਖ ਕਰਕੇ ਆਪਣੇ ਕੋਲ ਰੱਖਦੀ ਸੀ। ਕਿੱਥੋਂ ਰਹਿਣ ਵਾਲੀ ਸੀ ਸਾਰੇ ਜੀ? ਇਹ ਥਾਣੇ 'ਚ ਪੈਂਦੇ ਆ ਅਤੇ ਸਿਟੀ ਰਾਮਪੁਰਾ 'ਚ ਪਿੰਡ ਨੇ ਇਹਨਾਂ। ਸਰ ਜਿਹੜੇ ਵਾਰਦਾਤ ਹੋਈ ਮਨਸ਼ਾ ਕੀ ਹੁੰਦੀ ਸੀ? ਮਨਸ਼ਾ ਇਹਨਾਂ ਦੀ ਲੁੱਟ ਖੋਹ ਦੇ ਪੈਸੇ ਲੈ ਕੇ ਅਯਾਸ਼ੀ ਕਰਦੇ ਸੀਗੇ। ਹਥਿਆਰ ਇਹ ਪੁੱਛਗਿੱਛ ਕਰ ਰਹੇ ਹਾਂ, ਪਰ ਪਤਾ ਲੱਗਿਆ ਵੀ ਯੂਪੀ ਤੋਂ ਕਿਸੇ ਜਗ੍ਹਾ ਤੋਂ ਲੈ ਕੇ ਆਏ ਨੇ, ਜਗ੍ਹਾ ਨਾਲ ਨਹੀਂ ਪਤਾ ਲੱਗ ਸਕਦਾ। ਸਰ ਜਿਸ ਤਰ੍ਹਾਂ ਇਹ ਵਾਰਦਾਤ ਦਿੰਦੇ ਸੀ, ਕੀ ਪਹਿਲਾਂ ਰੈਕਿੰਗ ਕਰਦੇ ਸੀ, ਕਿਸ ਤਰ੍ਹਾਂ ਕਰਦੇ ਸੀ? ਇਹ ਰੈਕਿੰਗ ਕਰਦੇ ਸੀ ਪਹਿਲਾਂ ਜਿੱਥੇ ਗੈਸ ਏਜੰਸੀ ਵਾਲੇ ਜਾਂਦੇ ਸੀਗੇ ਜਾਂ ਜਿੱਥੇ ਰੁਪਈਆ ਜਾਂਦਾ ਸੀ, ਇਹਨਾਂ ਨੂੰ ਪਤਾ ਸੀ। ਕਿੰਨੀਆਂ ਵਾਰਦਾਤਾਂ ਟੋਟਲ? ਤਕਰੀਬਨ 8 ਵਾਰਦਾਤਾਂ ਟਰੇਸ ਕੀਤੀਆਂ ਨੇ ਜਿਹੜੀਆਂ ਇਹਨਾਂ ਪਾਸੋਂ ਹੋਈਆਂ ਨੇ। ਇੱਕ ਬੰਦੇ 'ਤੇ ਪਹਿਲਾਂ 15 ਕੇਸ ਦਰਜ ਨੇ, ਉਹ ਵੱਖ ਵੱਖ ਕੇਸਾਂ 'ਚ ਜਵਾਨ ਦਿੱਤੇ ਆ ਉਹਨਾਂ 'ਚ। ਜਿਹੜੇ ਵਾਰਦਾਤਾਂ ਦੀ ਗੱਲ ਕਰੀਏ, ਸਾਰੇ ਬਠਿੰਡੇ ਤੋਂ ਕਿ ਵਰਤੋਂ ਬਾਹਰ ਵੀ? ਇਹ ਬਠਿੰਡੇ ਦੀਆਂ ਨੇ, ਇੱਕ ਇਹਨਾਂ ਨੇ ਮੋਬਾਈਲ ਬਰਨਾਲੇ ਤੋਂ ਖੋਹਿਆ, ਉਹ ਅਸੀਂ ਅਜੇ ਵੈਰੀਫਾਈ ਕਰਦੇ ਹਾਂ। ਅਤੇ ਆਪਾਂ ਨੇ ਹੁਣ ਕੀ ਕਿਹੜੀ ਧਾਰਾ 'ਤੇ ਪਰਚਾਜ ਕੀਤਾ? 399-402 ਦੇ ਵਿੱਚ ਇਹਨਾਂ 'ਤੇ ਕੇਸ ਰਜਿਸਟਰ ਕੀਤਾ ਅਤੇ ਰਿਮਾਂਡ ਅਤੇ 3 ਦਿਨ ਦੇ ਪੁਲਿਸ ਰਿਮਾਂਡ ਦੇ ਵਿੱਚ। देश विदेश टीवी के लिए बठिंडा से यशपाल और धर्मेंद्र कुमार विक्की की विशेष रिपोर्ट। नवियां अते ताजियां खबरां देखने लई साडे YouTube चैनल देश विदेश टीवी नू लाइक, शेयर, सब्सक्राइब किया जावे।